ਅਸਲਾਮੁਅਲੈਕਮ ਵੈਲਕਮ ਟੂ ਥਿਸ ਵੀਡੀਓ ਮੈਂ ਉਮੀਦ ਕਰਨੀ ਆ ਸਾਰੇ ਠੀਕ ਠਾਕ ਹੋ ਸੋ ਤਾਂ ਪਹਿਲੇ ਮੈਂ ਅਰਾਦਾ ਕੋਈ ਸੋ ਵਲੌਗ ਬਣਾਉਣੇ ਦਾ ਪਰ ਫਿਰ ਮੈਂ ਸੋਚਿਆ ਕਿ ਚਲੋ ਬਣਾਈ ਕਿ ਨਾਮ ਕਿਹਾ ਕਿ ਰੋਜ਼ ਉਹ ਹੀ ਰੁਟੀਨ ਹੋਣੀ ਆ ਤਾਂ ਫਿਰ ਕੈ ਸ਼ੇਅਰ ਕਰਾਂ ਰੋਜ਼ ਰੋਜ਼ ਫਿਰ ਮੈਂ ਸੋਚਿਆ ਚਲੋ ਮੈਂ ਆਪਣੀ ਜ਼ਬਾਨੀ ਚਾਜ ਵਲੌਗ ਰਿਕਾਰਡ ਕਰਨੀ ਆ ਤਾਂ ਉਮੀਦ ਹੈ ਕਿ ਤੁਸਾਂ ਕਿ ਚੰਗਾ ਲੱਗਸੀ ਆ ਤਾਂ ਬੜੀ ਸੋਹਣੀ ਤੁਪ ਲਿਖਦੀ ਵੀ ਆ ਅੰਦਰ ਇਥੇ ਜੋਰ ਲੱਗਣਾ ਆ ਲੇਕਿਨ ਬਾਹਰ ਜਿਲਾ ਜਾਉਣਾ ਤਾਂ ਸਰਦੀ ਲੱਗ ਰਹੀ ਕਿ ਆਵਾ ਕਾਫੀ ਚੁੱਲੀ ਪੀ ਤਾਂ ਕੱਲ ਅਸਾਂ ਥੋੜਾ ਜਿਹਾ ਗਾਰਡਨ ਦੀ ਸਫਾਈ ਵੀ ਕੀਤੀ ਸੀ ਇਸ ਸਾਈਡ ਬਟਣੀਆਂ ਕੀਆਰੀਆਂ ਜਗੀਆਂ ਇਹ ਕਿੰਨਾ ਕਿ ਇਸ ਸਾਈਡ ਵਾਲੀਆ ਕਿ ਵੀ ਥੋੜਾ ਸਾਫ ਕੀਤਾ ਸਾ ਤਾਂ ਉਹ ਜਿਹੜੇ ਉਧਰ ਬੁੰਨੇ ਇਹ ਏਰੀਆ ਵੀ ਏਰੀਆ ਦੇ ਅੱਗੇ ਕੀਆਰੀਆਂ ਕੇ ਨਾ ਸਾਡਾ ਨਾਲ ਮਿੱਟੀ ਸਹੀ ਦੀ ਸੀ ਨਾ ਇਹ ਸਾਫ ਕੀਤੇ ਇਸੇ گلاب ਨੇ ਇੱਕ ਦੋ ਬੂਟੇ ਸੇ ਵਿੱਚ ਹੋਰ ਇਹਨ ਦਿੱਤੇ ਸਾਇ ਅੱਗੇ ਉਧਰ ਥੋੜੀ ਜਗ੍ਹਾ ਥਈ ਸੀ ਲੇਕਿਨ ਉਹ ਸਾਫ ਕੋ ਨਹੀਂ ਕੀਤੀ ਆ ਤਾਂ ਇਹ ਲੰ ਇੱਥੇ ਮੈਂ ਸੋਫਾ ਰੱਖਿਆ ਆਪਸਾ ਪਹਿਲੇ ਸੋਫਾ tenia ਸਿਟੀ ਆ ਤਾਂ ਇਹ ਜਿਹੜੀ ਹੈ ਨਾ ਸਿਟੀ ਉੱਥੇ ਉੱਥੇ ਰੱਖੀ ਹੋਈ ਸੀ ਪਰ ਉਹਨੇ ਮੈਂ ਉੱਥੋਂ ਮੂਵ ਕਰੀ ਛੋੜੀ ਐ ਇਸ ਸਾਈਡ ਪਰ ਕਿਉਂਕਿ ਧੁੱਪ ਲਿਖਦੀ ਨਾ ਕਾਲੀ ਜਿਹਾ ਤਾਂ ਬੜਾ ਸੋਹਣਾ ਲੱਗਣਾ ਸੀ ਤਾਂ ਮੈਂ ਜਿਹੜਾ ਨਾ ਸੋਚਿਆ ਕਿ ਇੱਥੇ ਜਿਹੜਾ ਨਾ ਫਿਰ ਬੱਚੇ ਬੈ ਤੇ ਖੇੜੀ ਵੀ ਸਕਨੇ ਐ ਤੇ ਜੜਾਇਆ ਮੈਂ ਕੁਦਾ ਕਪੜੇ ਛਪੜੇ ਸੀੜਾ ਨਾ ਤਾਂ ਫਿਰ ਮੈਂ ਇੱਥੇ ਬੈ ਤੇ ਸੀੜਾ ਨਾ ਮੈਂ ਕਿ ਬੜਾ ਚੰਗਾ ਲੱਗਣਾ ਪੀਆ ਬੈ ਤੇ ਚਾਹ ਸ਼ਾ ਪੀਣਾ ਵੀ ਧੁੱਪ ਵਿੱਚ ਤੇ ਬੜੀ ਮਜ਼ੇ ਨਹੀਂ ਥਾ ਧੁੱਪ ਲਗਣੀ ਆ ਬਾਹਰ ਅਗਰ ਸਰਦੀ ਵੀ ਵੈਣਾ ਉਤੋਂ ਕੋ ਬਾਹਰ ਆਵਾ ਚੁੱਲੀ ਪੀਆ ਮੈਂ ਆਉਂ ਦੱਸਨੀ ਸਕੀ ਉਤੈ ਬੜੀ ਤੇਜ਼ ਆਵਾ ਚੱਲੀ ਪੀ ਵੇਖ ਤਸਾਂ ਕਿ ਦੇਸੀ ਖੇਲੇ ਦੇ ਇਹ ਐਤੋਂ ਕਿੰਨੀ ਤੇਜ਼ ਆਵਾਜ ਚੁੱਲ੍ਹੇ ਪੀ ਤਸਰਦੀ ਲਗਣੀ ਪਰ ਲੇਕਿਨ ਇਥੇ ਅੰਦਰ ਬੋ ਨਾਤਾ ਬੋ ਚੰਗਾ ਲਗਣਾ ਆ ਬਸ ਹੁਣ ਥੋੜੇ ਬੋਤੇ ਕੰਮ ਕਰਸਾ ਕਰਿਆ ਨੇ ਰੂਟੀਨ ਨੇ ਜਿਹੜੀ ਹੈ ਸਫਾਈਆਂ ਸੁਫਾਈਆਂ ਥੋੜੀਆਂ ਕਰਨੀਆਂ ਲੌਂਡਰੀ ਨਾ ਵੇਟ ਕਰਨੀ ਪਿਆ ਉਹ ਖਲੇ ਤਾਂ ਫਿਰ ਉਸਕੀ ਜੜਾ ਆ ਬਾਰ ਬਾਸਾ ਕਿ ਕਿ ਲੌਂਡਰੀ ਮੈਂ ਰਾਤੀ ਬਈ ਉੜੇ ਸੇ ਕਪੜੇ ਜੇ ਸਵੇਰਾ ਜਲਦੀ ਜਲਦੀ ਲੌਂਡਰੀ ਸਿਰਫ ਆਨ ਕਰਸਾ ਤੇ ਖਲੀ ਜਾਸੀ ਆ ਪਰ ਲੌਂਡਰੀ ਪਤਾ ਨਹੀਂ ਕੀ ਗੜਬੜ ਕਰ ਗਈ ਆ ਜੋ ਚੱਲਣੀ ਕੋਣੀ ਸੀ ਤਾਂ ਉਹ 1 ਘੰਟੇ ਉਹਨਾਂ ਮਿੰਟਾਂ ਪਰ ਲਾਈ ਸੀ ਤਾਂ ਉਹ ਵਿਚਾਰੀ ਫਰੀਜ਼ ਹੋ ਗਈ ਅੱਧੇ ਰਾਜੇ ਤੇ ਫਿਰ ਮਸ਼ੀਨ ਲਾਈ ਉਹਨਰ ਦੁਬਾਰਾ ਫਿਰ ਉਸਕੀ ਰੀਸੈਟ ਕੀਤਾ ਕਿ ਉਮੀਦ ਹੀ ਕਿ ਖਲੀ ਜਿਹੀ ਜਲਦੀ ਤਾਂ ਫਿਰ ਉਸਕੀ ਕਪੜੇ ਬਾਰ-ਬਾਰ ਜੇ ਸੁੱਕੀ ਜਾਣ ਬੱਚਿਆਂ ਕੀ ਰਾਤੀ ਬਾਤ ਵਗੈਰਾ ਕਰਵਾਈ ਸੀ ਨਾ ਤਾਂ ਫਿਰ ਕਪੜੇ ਹੋਈਗੇ ਸਿਰ ਫਿਰ ਤਾਂ ਉਹ ਤੁਣ ਵਾਸ਼ ਕਰਸਾ ਉਸਨੇ ਸੁਬਾਹ ਜੜਾਇਆ ਫਿਰ ਬਾਅਦ ਵਿੱਚ ਕੋਈ ਪਲਾਨ ਕਰਨਿਆ ਤੱਕ ਸੰਭਾਰ ਜਾਣ ਹੋਇਆ ਤਾਂ ਅੱਜ ਬੜੀ ਝੱਖੜ ਝਕਰ ਚੁੱਲ੍ਹਾ ਪਿਆ ਤਾਂ ਪਤਾ ਨਹੀਂ ਜਾਣ ਹੋਸੀ ਜਾਂ ਨਹੀਂ ਉਹ ਝਖੜਾ ਵੇ ਬੜੀ ਨਕਲੀ ਜੀ ਧੁੱਪੀ ਆ ਤਤਕੋ ਤਾਂ ਬੜੀ ਸੋਹਣੀ ਲੱਗਦੀ ਆ ਲੇਕਿਨ ਉਹ ਸਰਦੀ ਲੱਗਨੀ ਆ ਮੂਠ ਡਠਾ ਰਹੀ ਗਿਆ ਕੱਪੜੇ ਖਿਲਾਰਨੇ ਜਿਗਾ ਬਾਹਰ ਤੇ ਇਹ ਮੇਰੀ ਸਰਦੀ ਸਨੇ ਵਿੱਚ ਬੜਾ ਸੋਹਣਾ ਮੌਸਮ ਲੱਗਣਾ ਹੈ ਸਰਦੀ ਆ ਵੇ ਲੋ ਜੀ ਸਫਾਈ ਹੋ ਗਈ ਆ ਇਧਰ ਟੇਬਲ ਵੀ ਸਾਫ ਹੋ ਗਈ ਆ ਤੇ ਇਹ ਲਾਈ ਸਾਈਡ ਵੀ ਸਾਫ ਕਰਕੇ ਦਿਆ ਹੈ ਇਹ ਟੇਬਲ ਮੇਜਾ ਰੱਖਿਆ ਮੈਂ ਇਸ ਕੀ ਥੂਮੂਵ ਕਰਸਾ ਇਹ ਜੁੜਾ ਹੈ ਨਾ ਰਾਵ ਚਚਣਾ ਤੇ ਜਿਹੜਾ ਨਿੱਕਾ ਪਾਕਿਸਤਾਨੀ ਟੇਬਲ ਪਲਾਸਟਿਕਾ ਲੈ ਆਇਆ ਨਾ ਉਸਕੀ ਮੈਂ ਇੱਧਰ ਰੱਖਿਆ ਸਾਡਾ ਪਰ ਨਿੱਕੀਆਂ ਨੀ ਅਚੀਜ਼ਾਂ ਰੱਖਿਆ ਤਾਂ ਇੱਥੇ ਮੈਂ ਪਲਾਸਟਿਕ ਡਾਈ ਛੋੜੀ ਆ ਸਵਿੰਗ ਕੋਰਨਰ ਮੜਾ ਰੱਟੀ ਹੋਈ ਆ ਤੇ ਸਲਾਈ ਮਸ਼ੀਨ ਵੀ ਇੱਥੇ ਰੱਖੀ ਛੋੜੀ ਆ ਤੇ ਬੱਚਿਆਂ ਦੇ ਖਿਡਾਲਾ ਵੀ ਬੁੱਕਾਂ ਵਗੈਰਾ ਵੀ ਤੇ ਇਹ ਮੁੜੇ ਨਾ ਸਮਾਨ ਸਾਰਾ ਜਿਹੜਾ ਬਾਕਸਿੰਗ ਆ ਲੈ ਆ ਲਮੋਤ ਕੁਝ ਇਕੱਠਾ ਕੀਤਾ ਵਸੇ ਲੇਕਿਨ ਕਰਨਾ ਕੁਝ ਵੀ ਨਹੀਂ ਹੈ ਪਰ ਇਸ ਸਾਈਡ ਪਰ ਜਿਹੜਾ ਨਾ ਮੈਂ ਰੱਖੀ ਛੋੜੀਆਂ ਸਾਰੀਆਂ ਚੀਜ਼ਾਂ ਤਾਂ ਫਿਰ ਰਾਮਨਾਲ ਇੱਥੇ ਵੀ ਤਾਂ ਪਲੇ ਕਰੀ ਕਿ ਨਾ ਕਰਸਨ ਤਾਂ ਆਈ ਹੋਪ ਸਮਰ ਸਾਡਾ ਚੰਗਾ ਗੁਜ਼ਰੇ ਸੀ ਇਨਸ਼ਾਅੱਲਾ ਤੇ ਨਾਈਸ ਸਨੀ ਡੇਜ਼ ਹੋਸਣ ਨਾ ਜਲੇ ਤੇ ਇੱਥੇ ਨਾ ਬੜੀ ਸੋਹਣੀ ਤੋਂ ਪਛਸੀ ਅੰਦਰ ਚਲੋ ਇਹ ਕਮ ਹੋਈ ਗਿਆ ਉਹ ਰਿਹਾ ਕਿਚਨ ਹੁਣ ਕਿਚਨ ਨਾ ਵੀ ਮोटा-ਮਾੜਾ ਕਰਨੀ ਆ ਤੇ ਸਲਾਈ ਵਸਤੇ ਕੱਪੜੇ ਮੈਂ ਰੱਖੇ ਸੇ ਨਸੀਬਾ ਹਲੀਮਾ ਵਸਤੇ ਮੈਂ ਕੁਝ ਕੱਪੜੇ ਆਂਦੇ ਸੇ ਤਾਂ ਉਹ ਮੈਂ ਪਹਿਲੇ ਸਲਾਈ ਕਰਸਾਂ ਤਾਂ ਫਿਰ ਮੈਂ ਆਪਨੇ ਸਲਾਈ ਕਰਸਾਂ ਇੱਥੇ ਮੈਂ ਰੱਖੇ ਹੋਏ ਕੱਪੜੇ ਜਿਹੜੇ ਸਲਾਈ ਕਰਨੇ ਲੈ ਆਉਣੇ ਹਨ ਤਾਂ ਇਹ ਲਾ ਕੱਪੜਾ ਜਿਹੜਾ ਇਹਨਾਂ ਮੇ ਕਿ ਬਹੁਤ ਪਸੰਦ ਆਇਆ ਸਾ ਤਾਂ ਇਹ ਮੇ ਕਾਫੀ ਜ਼ਿਆਦਾ ਫੈਬਰਿਕ ਆਂਦਾ ਸੀ ਮੈਂ ਆ ਚਲੋ ਇਹ ਮੈਂ ਆਪਣੀ ਵੀ ਇਸ ਲੈਣਾ ਲੋ ਜਿਹੜਾ ਲੌਂਗ ਡਰੈਸ ਬਣਾਸਾ ਆਇਆ ਤਾਂ ਉਸ ਕੀ ਐਜ਼ ਆ ਅਬਾਇਆ ਵੀ ਯੂਜ਼ ਕਰੀ ਕਿ ਇਸਮ ਬਾਦੀ ਵਿੱਚ ਤੇ ਇਹ ਮੇ ਕਿ ਕਲਰ ਬਹੁਤ ਚੰਗਾ ਲਗਾ ਸਾ ਤਾਂ ਇਹ ਸ਼ਮੀਜ਼ੇ ਨੇ ਕੱਪੜਾ ਐਕਸਟਰਾ ਆਂਦਾ ਸਾ ਔਰ ਇਹ ਪਰਪਲ ਲਾ ਜਿਹੜਾ ਇਹ ਸੇਮ ਫੈਬਰਿਕ ਹੈ ਹਲਕਾ ਕਲਰ ਡਿਫਰੈਂਟ ਹੈ ਪ੍ਰਿੰਟ ਥੋੜਾ ਡਿਫਰੈਂਟ ਹੈ ਇਹ ਹਲੀ ਮੈਂ ਤੁਹਾਨੂੰ ਸੇਵਾ ਵਾਸਤੇ ਮੈਂ ਡਰੈਸ ਬਣਾਸਾ ਇਨਸ਼ਾਅੱ पहले य सोचनी सी मैं पहले ये ला स्टिच कराँ तो अच्छा मैं एक और उस शापे रीओपन होएगी ना कपड़े कपड़ी तो मैं सोचनी मैं एक और चक्कर लाँ उस दिन मैं गई सिया तो मैं फैब्रिक चंगा लगा सा मैं आँदा कोई मेह कॉर ऑलरेडी कट्ठा किता वो पहले और ले स्टिच करा फिर और किन सू सोचन कि मैं चक्कर लां दोबारा और फैब्रिक भी कि अच्छा ਪੱਲੀ ਧੁੱਪ ਨਿਕਲਤੀ ਸੀ ਘੜੇ ਚ ਬਦਲ ਲਗੀ ਪਿਆ ਕੜੀਆਂ ਲੱਥੀਆਂ ਮੇ ਕਪੜੇ ਲੈ ਜਾਂਦੇ ਬਾਦ ਜਾਉਣ ਪਾਵੇਂ ਤੁਹਾਡੀ ਦੇਰੀ ਬਾਦ ਫਿਰ ਧੁੱਪ ਨਿਕਲਤੀ ਆ ਪਰ ਮੈਂ ਆਉਣ ਲਈ ਜਾਂਦੇ ਮੈਂ ਡਰਾਇਰੀ ਸੱਟੀ ਤੇ ਸਕਾਈ ਉੜਸਾ ਉਲਕੋਣ ਦੌਨਾਰਾ ਕੜੀ ਕੜੀ ਤੰਗੀ ਹੈ ਪੈ ਰਣੀ ਜੇ ਕਪੜੇ ਸਿੱਜੀ ਜਾਂਸਣ ਫਿਰ ਤਾਂ ਬਸ ਹੁਣ ਸੁੱਕੀ ਗਏ ਜਿਹੜੇ ਸੁਕਣੇ ਸੀ ਕੜੀਆਂ ਦੀਆਂ ਲੱਥੀਆਂ ਸੀ ਆਈਟਮ ਤੇਜ਼ ਤਾਂ ਨਹੀਂ ਹਸਾਲੇ ਕਿਨ ਫਿਰ ਮੈਂ ਉਹ ਲਈ ਛੁੜੇ ਕਪੜੇ ਤਬ ਮੈਂ ਬਣਾਣੀ ਪਿਆਪਾ ਵਸਤੇ ਚਾ ਪਹਿਲੇ ਮੈਂ ਸੋਚਿਆ ਸਿਹਾਲੀ ਵਾਕੀ ਨਰਸੀ ਡ੍ਰਾਪ ਕਰੀ ਨਾ ਤਬਾਰ ਜਾ ਸਾ ਪਰੌੜ ਮੈਂ ਸੋਚਿਆ ਕਿ ਚਲੋ ਛੋੜੋ ਰੈਤ ਕਰੀ ਛੋੜੋ 부ਸੀ ਲਗਾ ਮੀ ਕੀ ਚੱਕੜ ਇਤਨਾ ਆ ਔਰ ਬਾਰਿਸ਼ ਵੀ ਲਗੀ ਪਣੀ ਥੋੜੀ ਥੋੜੀ ਦੇਰੀ ਬਾਅਦ ਕੜੀਆਂ ਜੀਆਂ ਲਗੀ ਪਣੀਆਂ ਤਾਂ ਫਾਇਦਾ ਕੋੜੀਆਂ ਕਸਤੇ ਸਿੱਜਾ ਕੋਈ ਖਾਸ ਚੀਜ਼ ਚੇ ਦੀ ਤਾ ਫਿਰ ਕੋ ਚੱਕਰ ਲਾਇਕੇ ਸਾ ਤਾ ਜਦੋਂ ਵੀ ਲਾਸਾ ਨਾ ਚੱਕਰ ਸ਼ਾਪਿੰਗ ਨਾ ਤਾ ਫਿਰ ਜਿਹੜਾ ਮੈਂ ਤੁਸ ਨਾਲ ਸ਼ੇਅਰ ਕਰਾਂਗਾ ਇਨਸ਼ਾਅੱਲਾ ਬਤਾਏ ਬਸ ਅੱਜ ਵਸਤੇ ਇਤਨਾ ਹੀ ਨਿੱਕਾ ਜਿਹਾ ਵਲੌਗ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਉਮੀਦ ਹੈ ਕਿ ਤੁਸਾਂ ਕੀ ਚੰਗਾ ਲਗਾ ਹੋਸੀ ਲਾਈਕ ਜ਼ਰੂਰ ਕਰੇ ਆਏ ਕਮੈਂਟ ਵਿੱਚ ਵੀ ਦੱਸਿਆ ਆਏ ਕਿ ਤੁਸਾਂ ਕੀ ਅੱਜ ਦਾ ਵਲੌਗ ਕਿਹਜਾ ਲਗਾਇਆ ਤੇ ਜੇ ਕਮੈਂਟ ਨਾ ਕਰਨਾ ਚਾਹਣੇ ਤਾਂ ਹਾਲੀ ਵੀਡੀਓ ਲਾਈਕ ਕਰ ਛੜੇ ਇਹ ਕਾਫੀ ਆ ਔਰ ਠੀਕ ਹੈ ਅਗਲੀ ਵੀਡੀਓ ਵਿੱਚ ਫਿਰ ਮਿਲਸਾਂ ਤੇ ਅੱਲਾ ਹਾਫਿਜ਼